ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਬੰਬੇ ਫਰਨੀਚਰ, ਜੋ ਕਿ ਜੈਤੋ ਮੁਕਤਸਰ ਰੋਡ ਨੀਅਰ ਗੁਰੀਵਾਲਾ ਅੱਡਾ ਮੱਲਾਂ ਵਿਖੇ ਸਥਿਤ ਹੈ। ਬੰਬੇ ਫਰਨੀਚਰ ਆਪਣੇ ਇਲਾਕੇ ਵਿੱਚ ਨਹੀਂ ਬਲਕਿ ਦੂਰ ਦੂਰ ਤੱਕ ਇੱਕ ਬ੍ਰਾਂਡ ਬਣ ਚੁੱਕਾ ਹੈ। ਇੱਥੋਂ ਦਾ ਫਰਨੀਚਰ ਬਹੁਤ ਹੀ ਵਧੀਆ ਕੁਆਲਿਟੀ ਦਾ ਅਤੇ ਬਹੁਤ ਹੀ ਵਾਜਿਬ ਦਾਮਾਂ 'ਤੇ ਮੌਜੂਦ ਹੈ। ਦੂਰੋਂ ਦੂਰੋਂ ਲੋਕਾਂ ਦੁਆਰਾ ਬੰਬੇ ਫਰਨੀਚਰ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇੱਥੋਂ ਦੀ ਸਭ ਤੋਂ ਵਿਸ਼ੇਸ਼ ਗੱਲ, ਇੱਥੇ ਫਰਨੀਚਰ ਵਿੱਚ ਵੱਖ ਵੱਖ ਤਰ੍ਹਾਂ ਦੀ ਵਰਾਇਟੀ ਮੌਜੂਦ ਹੈ, ਜੋ ਕਿ ਕਸਟਮਰਸ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਾਡੀ ਟੀਮ ਨੇ ਇੱਥੋਂ ਦੇ ਓਨਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਬੰਬੇ ਫਰਨੀਚਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੋ ਜੇਕਰ ਤੁਸੀਂ ਵੀ ਵਧੀਆ ਕੁਆਲਿਟੀ ਦਾ ਫਰਨੀਚਰ ਉਹ ਵੀ ਵਾਜਿਬ ਦਾਮਾਂ 'ਤੇ ਲੈਣਾ ਚਾਹੁੰਦੇ ਹੋ ਤਾਂ ਪਹੁੰਚੋ ਬੰਬੇ ਫਰਨੀਚਰ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਬੰਬੇ ਫਰਨੀਚਰ, ਇੱਕ ਐਸਾ ਨਾਮ ਜਿਨ੍ਹਾਂ ਨੇ ਮੱਲਣ, ਜਿਹੜਾ ਕਿ ਜਦੋਂ ਆਪਾਂ ਜੈਤੋ ਤੋਂ ਮੁਕਤਸਰ ਜਾਂਦੇ ਹਾਂ, ਰਸਤੇ ਦੇ ਵਿੱਚ ਇੱਕ ਪਿੰਡ ਆ ਜਿਹਨੂੰ ਇਹਨਾਂ ਨੇ ਹੱਬ ਬਣਾਤਾ ਹੈਗਾ ਫਰਨੀਚਰ ਦੀ। ਆਪਾਂ ਦੇਖ ਸਕਦੇ ਹਾਂ ਕਿ ਇੱਕ ਨਹੀਂ ਇੱਥੇ ਕਾਫੀ ਸ਼ੋਪਸ ਆ ਜਿਹੜੀਆਂ ਹੁਣ ਫਰਨੀਚਰ ਦੀਆਂ ਖੁੱਲ੍ਹ ਚੁੱਕੀਆਂ ਨੇ। ਔਰ ਗੱਲ ਕਰ ਰਹੇ ਕ੍ਰੀਏਟਰ ਦੇ ਨਾਲ, ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਕ੍ਰੀਏਸ਼ਨ ਕੀਤੀ ਆ। ਵੀਰ ਜੀ, ਸਵਾਗਤ ਆ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਜੀ। ਬੇਟਾ, ਕਿੱਦਾਂ ਇਸ ਏਰੀਏ ਦੇ ਵਿੱਚ ਤੁਸੀਂ ਇਹ ਕ੍ਰੀਏਸ਼ਨ ਕੀਤੀ ਆ, ਔਰ ਇਉਂ ਲੱਗਦਾ ਬੰਦੇ ਨੂੰ ਅੰਦਰ ਆ ਕੇ ਵੀ ਜਿਵੇਂ ਅਸੀਂ ਚੰਡੀਗੜ੍ਹ ਜਲੰਧਰ ਹੀ ਨਹੀਂ ਬਲਕਿ ਦਿੱਲੀ ਦੇ ਕਿਸੇ ਸ਼ੋਰੂਮ 'ਚ ਫਿਰਦੇ ਹਾਂ, ਔਰ ਉੱਥੇ ਅਸੀਂ ਦੇਖ ਰਹੇ ਹਾਂ ਫਰਨੀਚਰ। ਔਰ ਸਭ ਤੋਂ ਵੱਡੀ ਗੱਲ ਆ ਰੇਟਸ, ਅਸੀਂ ਵੱਡੇ ਵੱਡੇ ਸ਼ੋਰੂਮਾਂ 'ਚ ਜਾਂਦੇ ਹਾਂ, ਇੰਨੇ ਇੰਨੇ ਮਹਿੰਗੇ ਰੇਟ, ਔਰ ਇੱਥੇ ਇੰਨੇ ਕੰਪੀਟੀਟਿਵ ਰੇਟ, ਕੀ ਕਹਿਣਾ ਚਾਹੋਗੇ? ਐਕਚੁਲੀ ਅਸੀਂ ਇੱਥੋਂ ਦੇ ਕ੍ਰੀਏਟਰ ਨਹੀਂ ਹਾਂ, ਇੱਥੇ ਪਹਿਲਾਂ ਹੋਰ ਸ਼ੋਪਸ ਹੈ, ਅੱਗੇ ਦੋ ਤਿੰਨ ਸ਼ੋਰੂਮ ਹੋਰ ਹੈਗੇ ਬਹੁਤ ਅੱਛੇ, ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਕਾਫੀ ਟਾਈਮ ਤੋਂ। ਅਸੀਂ ਤਾਂ ਬਹੁਤ ਬਾਅਦ 'ਚੋਂ ਆਏ ਹਾਂ ਉਹਨਾਂ ਤੋਂ, ਬਟ ਇੱਥੇ ਮੱਲਣ ਦੀ ਅਸੀਂ ਮਾਰਕੀਟ ਦੇਖੀ, ਅਸੀਂ ਆ ਕੇ ਇਹਨੂੰ ਹੋਰ ਸਟਰੋਂਗ ਕੀਤਾ। ਕੀ ਕਹਿਣਾ ਚਾਹੋਗੇ ਕਿ NRI ਵੀਰ ਆ ਜਿਹੜੇ, ਉਹ ਚਾਹੇ ਦੇਸ਼ ਦੇ ਕਿਸੇ ਵੀ ਕੋਨੇ 'ਚ ਬੈਠੇ ਆ, ਉਹ ਇੱਥੇ ਬੜਾ ਪ੍ਰੈਫਰ ਕਰ ਰਹੇ ਨੇ, ਕਿਉਂਕਿ ਇੱਕ ਆਪਾਂ ਦੇਖ ਸਕਦੇ ਹਾਂ ਕਿ ਇੱਕ ਪਿੰਡ ਦੇ ਵਿੱਚ ਆ ਕੇ ਫਰਨੀਚਰ ਲੈਣਾ, ਕਿਵੇਂ ਫਰਨੀਚਰ ਦੀ ਹੱਬ ਬਣੀ? ਮਤਲਬ ਚਲੋ ਤੁਸੀਂ ਤਾਂ ਆ ਗਏ, ਪਹਿਲਾਂ ਵੀ ਸ਼ੋਪ ਸੀਗੀਆਂ। ਇਹ ਨਾ ਜੀ, ਜਿਹੜਾ ਪਿੰਡ ਹੈ ਨਾ, ਇਹ ਬਿਲਕੁਲ ਸੈਂਟਰ ਦੇ ਵਿੱਚ ਹੈ। ਇਹਨੂੰ ਮੁਕਤਸਰ, ਕੋਟਕਪੂਰਾ, ਫਰੀਦਕੋਟ, ਜੈਤੋ, ਬਾਜਾ ਖਾਨਾ, ਭਗਤਾ, ਬਠਿੰਡਾ, ਗਿੱਦੜਵਾ, ਮਲੋਟ, ਸਾਰਾ ਏਰੀਆ ਲੱਗਦਾ। ਇਹ ਬਿਲਕੁਲ ਸੈਂਟਰ ਦੇ ਵਿੱਚ ਆ ਗਿਆ, ਸਭ ਤੋਂ 25-25-20-20 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਇੱਕ ਇੱਥੇ ਖੁੱਲ੍ਹੀ ਜਗ੍ਹਾ ਮਿਲ ਗਈ ਸਾਨੂੰ, ਅਤੇ ਸ਼ਹਿਰਾਂ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਬੜਾ ਦਿੱਕਤ ਹੈ, ਬਟ ਸਾਨੂੰ ਪਿੰਡ ਵਾਲਿਆਂ ਦਾ ਬਹੁਤ ਸਹਿਯੋਗ ਮਿਲਿਆ, ਸਾਰਾ ਕੁਛ ਅਸੀਂ ਮਤਲਬ ਬਹੁਤ ਅੱਛੇ ਤਰੀਕੇ ਨਾਲ ਕਰ ਪਾਏ। ਹੁਣ ਅੱਜ ਸਾਨੂੰ 8 ਸਾਲ ਹੋ ਗਏ ਇੱਥੇ ਸ਼ੋਰੂਮ ਕਰਦੇ ਨੂੰ। ਹੁਣ ਸਾਡਾ ਨਵਾਂ ਪ੍ਰੋਜੈਕਟ ਇੱਕ ਹੋਰ ਵੀ ਚੱਲ ਰਿਹਾ ਇੱਥੇ, ਜੋ ਇਸ ਤੋਂ ਵੀ ਮਤਲਬ ਮੈਨੂੰ ਲੱਗਦਾ ਵੀ ਸ਼ਾਇਦ ਇੰਡੀਆ ਦਾ ਹੀ ਸਭ ਤੋਂ ਵੱਡਾ ਹੋਏਗਾ, ਮੇ ਬੀ ਹੋ ਸਕਦਾ। ਚਲੋ ਕੋਸ਼ਿਸ਼ ਕਰ ਰਿਹਾ ਹੋਰ ਅੱਗੇ ਤੋਂ ਅੱਗੇ ਲੈ ਕੇ ਜਾਣ ਦੀ ਹੈ ਪਿੰਡ ਨੂੰ ਵੀ ਅਤੇ ਫਰਨੀਚਰ ਲਾਈਨ ਨੂੰ ਵੀ। ਪਰ ਅਸੀਂ ਸਭ ਦੇ ਨਾਲ ਮਿਲ ਕੇ ਜੋ ਹੋਰ ਵੀ ਜਿੰਨੇ ਵੀ ਫਰਨੀਚਰ ਵਾਲੇ ਸ਼ੋਰੂਮ ਇੱਥੇ ਹੈਗੇ ਆ, ਸਭ ਦਾ ਕੰਮ ਬਹੁਤ ਵਧੀਆ, ਐਂ ਨਹੀਂ ਵੀ ਇਕੱਲਾ ਸਾਡਾ ਹੀ ਬਹੁਤ ਵਧੀਆ, ਸਾਰੇ ਸਭ ਦੀ ਕੁਆਲਿਟੀ ਅੱਛੀ ਹੈ। ਜੋ ਵੀ ਇੱਥੇ ਸਾਡੇ ਕੋਲ ਆਉਂਦੇ ਆ ਕਸਟਮਰ, ਅਸੀਂ ਸਭ ਨੂੰ ਐਂ ਕਹਿੰਦੇ ਹਾਂ ਵੀ ਸਭ ਦਾ ਵਧੀਆ, ਸਭ ਦੇ ਕੋਲ ਟਰਾਈ ਕਰੋ, ਜਿੱਥੋਂ ਤੁਹਾਨੂੰ ਚੰਗਾ ਲੱਗਦਾ, ਜਿੰਨੇ ਕੁ ਅਗਲੇ ਨੇ ਜਿਸ ਹਿਸਾਬ ਨਾਲ ਬਜਟ ਹੁੰਦਾ ਉਸ ਹਿਸਾਬ ਲੱਗਣ ਨੂੰ ਚੀਜ਼ ਮਿਲ ਜਾਂਦੀ। ਬੇਟਾ, ਕੀ ਕਹਿਣਾ ਚਾਹੋਗੇ ਕਿ ਤੁਹਾਡੇ ਕੋਲ ਫਰਨੀਚਰ ਜਿਹੜਾ ਹੈਗਾ, ਕਿਉਂਕਿ ਤੁਸੀਂ ਖੁਦ ਕ੍ਰੀਏਟਰ ਹੋ, ਇਹਦੇ ਖੁਦ ਬਣਾਉਂਦੇ ਹੋ ਫਰਨੀਚਰ, ਖੁਦ ਤੁਹਾਡੇ ਕੋਲ ਹਰ ਚੀਜ਼ ਪਰਚੇਜ਼ ਕਰਦੇ ਹੋ, ਔਰ ਜਿਹੜਾ ਮਰਜ਼ੀ ਡਿਜ਼ਾਇਨ, ਦੁਨੀਆ ਦਾ ਕੋਈ ਡਿਜ਼ਾਇਨ ਤੁਹਾਡੇ ਕੋਲ ਫੋਰਨਰ ਲੈ ਕੇ ਆਉਂਦੇ ਨੇ, ਉਹੀ ਡਿਜ਼ਾਇਨ ਦੀ ਤੁਸੀਂ ਚੀਜ਼ ਬਣਾ ਦਿੰਦੇ ਹੋ, ਔਰ ਬੜੇ ਰੀਜ਼ਨੇਬਲ ਰੇਟ ਦੇ ਵਿੱਚ। ਕੀ ਇਹ ਬਲਕ ਦੇ ਵਿੱਚ ਆਉਂਦਾ ਕਰਕੇ ਸਮਾਨ ਤਾਂ ਤੁਹਾਨੂੰ ਸਸਤਾ ਪੈਂਦਾ? ਕੀ ਤੁਹਾਡਾ ਪੁਰਾਣਾ ਜਿਹੜਾ ਹੈਗਾ ਇਸ ਫਰਨੀਚਰ ਲਾਈਨ ਦੇ ਨਾਲ ਰੁਝਾਨ ਸੀਗਾ, ਔਰ ਤੁਹਾਨੂੰ ਹਰ ਚੀਜ਼ ਮੈਨੂਫੈਕਚਰਰ ਤੋਂ ਤੁਸੀਂ ਖੁਦ ਪਰਚੇਜ਼ ਕਰਦੇ ਹੋ, ਤੁਹਾਡੇ ਕੋਲ ਲੇਬਰ ਇੰਨੀ ਜ਼ਿਆਦਾ ਹੈਗੀ ਹੈ ਜਿਹਦੇ 'ਚ ਤੁਹਾਨੂੰ ਸਰਪਲਸ ਲੇਬਰ ਦੇ ਨਾਲ, ਔਰ ਲੱਕੜ ਦੀ ਤੁਹਾਡੇ ਕੋਲ ਇੰਨੀ ਜ਼ਿਆਦਾ ਕੁਆਲਿਟੀ ਹੈਗੀ ਆ? ਐਕਚੁਲੀ ਕੀ ਹੈ ਜੀ, ਵੈਸੇ ਤਾਂ ਮੇਰੇ ਪਾਪਾ ਦੀ ਪੂਰੀ ਲਾਈਫ ਹੀ ਇਸ ਕੰਮ 'ਚ ਨਿਕਲਦੀ, ਉਹਨਾਂ ਨੇ ਪਹਿਲਾਂ ਸਟਰਗਲ ਵੀ ਕੀਤੀ, ਫਿਰ ਸਾਨੂੰ ਬਹੁਤ ਅੱਛੇ ਲੈਵਲ 'ਤੇ ਉਹ ਲੈ ਕੇ ਆਏ। ਇਹ ਜਿਵੇਂ ਐਂ ਕਹਿ ਲਓ ਜੀ, ਜਿਵੇਂ ਬੈਸਟ ਪ੍ਰਾਈਸ ਵਾਲਾ ਕੰਮ ਹੈ ਨਾ ਜੀ, ਵੀ ਇਕੱਠੀ ਪਰਚੇਜ਼ਿੰਗ ਸਸਤੀ ਪੈਂਦੀ ਹੈ, ਉਹ ਸੇਲ ਕਰਕੇ ਵੀ, ਸੇਲ ਬਹੁਤ ਜ਼ਿਆਦਾ ਸਾਡੀ, ਉਹ ਇਕੱਠੀ ਪਰਚੇਜ਼ਿੰਗ ਕਰਕੇ ਆ, ਸਟੋਕ ਓਨਾ ਹੀ ਘੱਟ ਰੇਟ 'ਚ ਮਿਲਦਾ, ਓਨਾ ਹੀ ਕਸਟਮਰ ਨੂੰ ਬੈਨੀਫਿਟ ਮਿਲ ਜਾਂਦਾ। ਕੋਈ ਐਂ ਕੁਛ ਸਪੈਸ਼ਲ ਨਹੀਂ ਹੈ ਵੀ ਕੋਈ ਅਸੀਂ ਸੋਨੇ ਦੇ ਕੋਕੇ ਲਾ ਕੇ ਦਿੰਦੇ ਹਾਂ, ਅਗਲੇ ਦਾ ਜਿੰਨਾ ਕੁ ਬਜਟ ਹੁੰਦਾ ਜਿਸ ਹਿਸਾਬ ਹੁੰਦਾ ਉਸ ਬੈਸਟ ਤੋਂ ਬੈਸਟ ਪ੍ਰੋਵਾਈਡ ਕਰਨ ਦੀ ਉਹਨੂੰ ਕੋਸ਼ਿਸ਼ ਕਰਦੇ ਹਾਂ ਅਸੀਂ। ਵੈਸੇ ਅਦਰਵਾਈਜ਼ ਤੁਸੀਂ ਬਾਕੀ ਮਾਰਕੀਟਸ ਨਾਲੋਂ ਦੇਖੋਗੇ ਤਾਂ ਇਹ ਥੋੜ੍ਹੀ ਜਿਹੀ ਰੀਜ਼ਨੇਬਲ, ਚੀਪ ਜ਼ਰੂਰ ਪੈਂਦਾ ਕਸਟਮਰ ਨੂੰ, ਸੇਲ ਬਹੁਤ ਜ਼ਿਆਦਾ ਇੱਥੇ, ਹਰ ਚੀਜ਼ ਸਾਨੂੰ ਘੱਟ ਰੇਟ 'ਚ ਆਉਂਦੀ ਹੈ ਵਿੱਚੋਂ। ਵੀਰ ਜੀ, ਹੋਲਸੇਲਰ ਵੀ ਇੱਥੇ ਵਿਜਿਟ ਕਰ ਸਕਦੇ ਆ ਕਿ ਹੋਲਸੇਲਰ ਵੀ ਆ ਕੇ ਕਿਸੇ ਨੇ ਕਿਸੇ ਸ਼ਹਿਰ 'ਚ, ਕਿਉਂਕਿ ਅੱਜ ਲੋਕ ਬਾਹਰ ਜਾਣ ਤੋਂ ਫਿਰ ਬੈਕ ਟੂ ਇੰਡੀਆ ਵਾਲਾ ਕੰਮ ਹੋ ਰਿਹਾ, ਔਰ ਉਹਦੇ ਵਿੱਚ ਕੋਈ ਨੌਜਵਾਨ ਤੁਹਾਡੇ ਨਾਲ ਜੁੜਨਾ ਚਾਹੁਣ, ਕੋਈ ਵਧੀਆ ਇਨਵੈਸਟਮੈਂਟ ਕਰਨਾ ਚਾਹੁਣ ਆਪਣੇ ਸ਼ਹਿਰਾਂ ਦੇ ਵਿੱਚ, ਔਰ ਬੰਬੇ ਫਰਨੀਚਰ ਦੀ ਇੱਕ ਫਰੈਂਚਾਈਜ਼ੀ ਤੁਹਾਡੇ ਥਰੂ ਲੈਣਾ ਚਾਹੁਣ, ਕੀ ਤੁਹਾਡੇ ਨਾਲ ਜੁੜ ਸਕਦੇ ਵੀ ਤੁਸੀਂ ਉਹਨਾਂ ਨੂੰ ਫਰਨੀਚਰ ਮੁਹੱਈਆ ਕਰਾਓ, ਔਰ ਉਹ ਤੁਹਾਨੂੰ ਜਗ੍ਹਾ ਦੇਣ, ਸਪੇਸ ਦੇਣ ਆਪਣੇ ਸ਼ਹਿਰਾਂ ਦੇ ਵਿੱਚ, ਔਰ ਪੜ੍ਹੇ ਲਿਖੇ ਹੋਣ, ਔਰ ਚੰਗਾ ਕੈਡਰ ਹੋਵੇ ਉਹਨਾਂ ਦਾ, ਰਿਕਾਰਡ ਵਧੀਆ ਹੋਵੇ, ਤਾਂ ਉਹ ਲੋਕ ਵੀ ਤੁਹਾਡੇ ਨਾਲ ਜੁੜ ਸਕਦੇ ਆ? ਨਹੀਂ, ਅਸੀਂ ਕਦਾ ਰਿਟੇਲ ਹੀ ਕਰਦੇ ਹਾਂ,
अगर असी ज़्यादा होलसेल के चक्कर पैने ना तो फिर साड़ी क्वालिटी डाउन हो जूगी। सानू लगता भी असी बहुत उन्ना क असी अपने कस्टमर नू सैटिस्फाई कराना चाहते जिन्ना क साढ़े तो माल आप बनता असी आप निगाह रख सकी उन्ने माल दी ते सानू होलसेल कोई इंट्रस्ट नहीं है। की चीज़ा हूँ अपने को अवेलेबिलिटी होंगी इतने समय डोमैसटिक सारा होंगे जी बैड बैड के गद्दे सोफा सोफाज टेबल्स डायनिंग टेबल्स एलमीराज पेटियाँ जो ब्याहवा चल दियाँ दीवान क्रॉकरी अलमीराज ड्रैसिंग टेबल्स एलईडी स्टैंड्स जो घर की आइटम है सारी अवेलेबल है जो फर्नीचर के रिगार्डिंग है जी। थोड़ा बहुत धन्यवाद जी सानू समा देने लई। अपनी वैसे मुलाकात तुहानू जे याद नहीं होगा तो मैं थोड़ा थोड़ा याद है कि अपनी मुलाकात अज तो 4 साल पहला भी हुई सी तुसी मेरे को इत्थों विजिट कर रहे सी उदों भी आए सी फिर मे भी शायद विच कोविड वगैरह करके अपनी गलबात जी रह गई सी विच ही अज तुसी स्पैशल साडे कोले चल के आए और पंजाब प्लस चैनल दे ऑनर हो के तुसी सानू इन्ना सम्मानित किया सानू बहुत अच्छा लग्या ते स्पैशल आप चल के आए साडे कोले तुसी एड्डी वड्डी क्रिएशन कीती हैगी आ और सानू खुशी है और पंजाब प्लस हमेशा तुहाडी सेवा लई हाज़र रहेगा। कोई भी साढ़े तक भी कोई भी इस फर्नीचर हाउस के नाल जुड़िया चीज़ा तुसी सानू मोबाइल के उपर हॉरिजॉन्टल करके भी भेजोंगे असी वह भी उन्हूं टैलीकास्ट करदा करांगे। तुहाडा सानू समां देने दे लई बहुत धन्यवाद। थैंक यू सो। देखो जी जिहड़ी अजकल चल रही है ना सारी वरायटी जिन्हों तो कोई डिजाइनर बैड्स पसंद है वह तो इस तरह की रेंज आ जाती है। रेंज इन दी नॉर्मल ही है 20-25 हज़ार की रेंज है। आह हो गया है सारा 19 mm प्लाई दे विच ही वधिया हैवी सनमाइका ला के लाइफ टाइम गरंटी वाली चीज़ें ही हैं। एक हर एक दे नाल अजकल जो चल रहा बैडरूम सैट्स कंप्लीट चल रहे हैं जिवें बैड हो गया अलमारी होगी नाल दी बैड जिन्ने भी हैं सारे हाइड्रोलिक हैं पिछली साइड मैनुअल होंदी है इन्हां दी नाल दा सेम अलमीरा होगी जी नाल ये LED स्टैंड हो गया ड्रैसिंग टेबल हो गया कोई होर छोटी अलमारी होगी इस तरह की चीज़ें आ जाएंगी। ये तो सारी बैड्स की रेंज आ जाती है टोटल घूम के लगे हुए सारे पासे सारे अगे बैड्स चल रहे हैं। ये आ गए थोड़े डिजाइनर बैड्स वो अपने को शीशम दे या सागवान दे सिंपल बैड्स भी होंगे वह अगे दिखाऊंगा तुम्हें। आह आ गया ये सारे बैडरूम सैट है वो LED स्टैंड आ गया नाल दा आ थोड़ी डेकोरेशन वास्ते चीज़ा आ गई कोई बुक शेल्फ क्रॉकरी अलमीराज इस तरह के बैड नाल दे मैचिंग अलमारियाँ आ गई उस तो बाद जे किसी ने विंटेज लुक दे विच जाना होवे तां इस तरह के बैडरूम सैट्स आ जाते हैं जी आप बैड हो गए ड्रेसिंग अलमीराज हो गया सारे अगे घूम के बैड लगे हुए हैं ये सारे अगे होर भी 100-150 बैड होर लग्या होंदा बराबर उस तो बाद ये आ जाते हैं सोफाज का सैगमेंट आ जाता है जी सारे अगे सोफाज आ जाते हैं। अजकल जिवें कॉर्नर सोफाज चलते हैं या किसी ने कस्टमाइज कराना हो अपने अकॉर्डिंगली वो भी सारा अवेलेबल होंगे जिवें आ सोफा आ गया ये स्वेड लैदर के बीच आते हैं सारा सोफाज का सैक्शन आ जाता उस तो बाद उधर डाइनिंग टेबल्स वगैरह आ जाते हैं जी जिस हिसाब से जिसने लेना हो नॉर्मल रेंज भी मिल जाता है चंगा भी मिल जाता है। अजकल ऑनिक्स मार्बल वगैरह काफ़ी चल रहा है ये चीज़ा मिल जाए जी और डाइनिंग टेबल्स आ जाते हैं उधर रीजनेबल रेंज का होर समान आया मतलब हर तरह का समान ही पूरा मिल जाता है। आह जिमें होर बैड्स वगैरह आ जाते थोड़े नॉर्मल रेंज वाले आ जाते ये एक इन्हों के आह सोफे पे हैं ये 80-85 हज़ार की रेंज वाले आ जाते सोफाज वधिया हैवी च कारविंग च बाकी आह बैड्स आ जाते हैं आ सारे सिंपल वधिया बैड्स आ गए हैं सारे हाइड्रोलिक ही वाले बैड्स भी